तरसेम जस्सर ते रंजीत बावा हमेशा ही काफी चंगे चंगे गीत ऑडियंस दे लई लेके आंदे रहंदे ने ते हुण पहली वार ए दोनों इकट्ठे आ रहे ने। जी हां, सही सुनिया तुसी, रंजीत बावा ते तरसेम जस्सर करन जा रहे ने कोलैबोरेशन। ते इस दी इनफॉर्मेशन रंजीत बावा ने अपने सोशल मीडिया दे राही दित्ती। एक फोटो शेयर करदियां होए उन्होंने कैप्शन दे विच इस दे बारे मेंशन कीता। ਉਹ ਲਿਖਦੇ ਨੇ, ਯਾਰੀਆਂ ਦੇ ਵਿੱਚ ਬਦਕਾਰੀ ਕਰੀ ਨਹੀਂ, ਜਿਹਦੇ ਨਾਲ ਖੜਾ ਉਹਦੀ ਮਾੜੀ ਕਰੀ ਨਹੀਂ, ਕਮਿੰਗ ਸੂਨ। ਯਾਨੀ ਕਿ ਇਹ ਗੀਤ ਦੋਸਤੀ ਨੂੰ ਡੈਡੀਕੇਟ ਹੋਣ ਵਾਲਾ ਹੈ। ਤਰਸੇਮ ਜੱਸੜ ਤੇ ਰਣਜੀਤ ਬਾਵਾ ਨੇ ਹਾਲੇ ਇਸ ਦਾ ਟਾਈਟਲ ਤਾਂ ਰਿਵੀਲ ਨਹੀਂ ਕੀਤਾ, ਪਰ ਇਹਨਾਂ ਦੋਨਾਂ ਨੂੰ ਇਕੱਠਿਆਂ ਦੇਖਣ ਦੀ ਐਕਸਾਈਟਮੈਂਟ ਕਾਫੀ ਵੱਧ ਗਈ ਹੈ। ਇਹ ਦੋਨੋਂ ਹਮੇਸ਼ਾ ਹੀ ਆਪਣੇ ਗੀਤਾਂ ਰਾਹੀਂ ਕਾਫੀ ਚੰਗੇ ਚੰਗੇ ਮੈਸੇਜਸ ਦਿੰਦੇ ਰਹਿੰਦੇ ਨੇ ਤੇ ਹੁਣ ਇਹ ਦੋਨੋਂ ਇਕੱਠਿਆਂ ਆ ਕੇ ਕਿਹੜੀ ਵੱਡੀ ਗੱਲ ਕਰ ਜਾਣਗੇ, ਇਸ ਨੂੰ ਦੇਖਣ ਦਾ ਇੰਤਜ਼ਾਰ ਹੈ। ਉਮੀਦ ਹੈ ਕਿ ਜਲਦ ਹੀ ਇਸ ਦਾ ਟਾਈਟਲ ਤੇ ਹੋਰ ਇਨਫੋਰਮੇਸ਼ਨ ਵੀ ਸ਼ੇਅਰ ਕੀਤੀ ਜਾਏਗੀ। ਤੁਹਾਡਾ ਇਸ ਕੋਲੈਬੋਰੇਸ਼ਨ ਦੇ ਬਾਰੇ ਕੀ ਕਹਿਣਾ ਹੈ, ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਬਾਲੀਵੁੱਡ ਦੀ ਹਰ ਲੇਟੈਸਟ ਅਪਡੇਟ ਦੇ ਲਈ ਤੁਸੀਂ ਜੁੜੇ ਰਹਿਣਾ ਜੀ ਮੀਡੀਆ ਗਰੁੱਪ ਦੇ ਨਾਲ। ਫਾਰ ਆਲ ਦੀ ਲੇਟੈਸਟ ਅਪਡੇਟਸ ਪਲੀਜ਼ ਸਬਸਕ੍ਰਾਈਬ ਜੀ ਮੀਡੀਆ ਗਰੁੱਪ ਐਂਡ ਪ੍ਰੈਸ ਦੀ ਬੈਲ ਆਈਕਨ।